फैसले ये हुए है जी भी असी 14 मैंबरी कमेटी बनावांगे ते जिहदे च 7 मैंबर किसान जथेबंदियां वल्लों होणगे, 7 मैंबर साडे आर्ट नाल रिलेटेड जिहड़े साडे बंदे आ उहनां च होणगे, या किसी भी असी जिहनूं नॉमीनेट करांगे उह 7 मैंबर उत्थों होणगे। ते असी जिहड़ी इह लड़ाई लड़नी आ ਉਹ ਵਿਉਤਬੰਦੀ ਇਹਦੀ ਸਟ੍ਰੈਟਜੀ ਬਣਾ ਕੇ ਅਤੇ ਰਲ ਕੇ ਲੜਾਂਗੇ, ਕਿਉਂਕਿ ਲੜਾਈ ਲੰਬੀ ਆ, ਸੰਘਰਸ਼ ਲੰਬਾ। ਜਿਹੜੇ ਸਰਕਾਰ ਨੇ ਜਿਵੇਂ ਕਾਨੂੰਨ ਬਣਾਏ ਆ ਜਾਂ ਹੋਰ ਬਥੇਰੀਆਂ ਜਿਹੜੀਆਂ ਨੀਤੀਆਂ ਉਹਨਾਂ ਦੀਆਂ, ਉਹ ਲੋਕਾਂ ਦੇ ਖਿਲਾਫ ਆ, ਉਹ ਸਾਰਿਆਂ ਦੇ ਖਿਲਾਫ ਸੰਘਰਸ਼ ਵਿੱਢਿਆ ਜਾਊਗਾ। ਹਾਂਜੀ, ਕਲਾਕਾਰ ਨਹੀਂ ਨਹੀਂ ਨਾ ਤਾਂ ਤੁਹਾਨੂੰ ਹੁਣ ਸਾਰੇ ਹੀ ਆ ਜੀ, ਅਜੇ ਸਿੱਪੀ ਬਾਈ ਬੈਠੇ ਆ, ਇੱਥੇ ਜਸ ਬਾਈ ਬੈਠਾ, ਇਧਰ ਆਪਣੀ ਹਾਂਡਾ ਬੈਠੀ ਆ, ਹਾਂਜੀ ਇੱਥੇ ਲੱਖਾ ਬਾਈ ਬੈਠਾ। ਸਾਡੀ ਇਹ ਸੋਚ ਨਹੀਂ ਸੀਗੀ ਵੀ ਅਸੀਂ ਅਲੱਗ ਤੋਂ ਕਰੀਏ, ਪਰ ਸਾਨੂੰ ਕਿਉਂਕਿ ਸਾਨੂੰ ਸ਼ਾਇਦ ਤਜਰਬਾ ਨਹੀਂ, ਸਾਨੂੰ ਦੇਸ਼ਾਂ ਨਹੀਂ ਸੀ, ਹੁਣ ਸਾਨੂੰ ਮਤਲਬ ਅਸੀਂ ਜਥੇਬੰਦੀਆਂ ਨਾਲ ਮਿਲੇ ਹਾਂ ਅਤੇ ਸਾਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਸਾਨੂੰ ਤਾਂ ਚੰਗੇ ਸ਼ਿਪ ਲੀਡਰ ਦੀ ਲੋੜ ਆ ਜੋ ਸਾਨੂੰ ਸੇਧ ਦੇ ਸਕੇ। ਔਰ ਜਿੱਥੋਂ ਤੱਕ ਕਲਾਕਾਰਾਂ ਦੀ ਗੱਲ ਰਹੀ, ਸਾਰੇ ਕਲਾਕਾਰ ਭਰਾ ਨੇ ਸਾਰੇ, ਉਹ ਆਪਸ ਸਾਰੇ ਹੀ ਮਤਲਬ ਜੱਟ ਫੈਮਲੀਆਂ ਨੂੰ ਬਿਲੋਂਗ ਕਰਦੇ ਨੇ ਔਰ ਪਿਆਰ ਬਹੁਤ ਆ ਸਭ ਦਾ ਆਪਸ ਦੇ ਵਿੱਚ। ਜਿਹੜਾ ਵੀ ਮੈਸੇਜ ਸਾਡੀਆਂ ਕਿਸਾਨ ਜਥੇਬੰਦੀਆਂ, ਜਿਹੜੀ ਮੈਂਬਰੀ ਕਮੇਟੀ ਬਣੀ ਆ 14 ਮੈਂਬਰੀ, ਉਹ ਜੋ ਮੈਸੇਜ ਆਡੀਅੰਸ ਤੱਕ ਸਾਨੂੰ ਦੇਣਗੇ ਸਾਡੇ ਸੇਧ ਕਰਨ ਵਾਲੇ, ਅਤੇ ਅਸੀਂ ਉਹ ਆਡੀਅੰਸ ਤੱਕ ਪਹੁੰਚਦਾ ਕਰਾਂਗੇ ਆਪਣੇ ਸੋਸ਼ਲ ਮੀਡੀਆ ਰਾਹੀਂ ਕਿ ਕੀ ਰਣਨੀਤੀਆਂ ਨੇ, ਕਿੱਦਾਂ ਇਸ ਜੰਗ ਨੂੰ ਜਿੱਤਿਆ ਜਾ ਸਕਦਾ। ਇਹਦੇ 'ਚ ਇੱਕ ਛੋਟੀ ਜਿਹੀ ਗੱਲ ਐਡ ਕਰਦੇ ਹਾਂ ਜੀ, ਜਿਹੜਾ ਸ਼ੰਭੂ 'ਚ ਸੰਘਰਸ਼ ਵਿੱਢਿਆ ਗਿਆ ਉਹ ਵੀ ਕਿਸਾਨ ਜਥੇਬੰਦੀਆਂ ਜਾਂ ਕਿਸਾਨਾਂ ਦੇ ਹਿੱਤ ਲਈ ਹੀ ਵਿੱਢਿਆ ਜੀ। ਸੋ ਸੰਘਰਸ਼ ਜਿੱਥੇ ਵੀ ਹੋਏ ਪੰਜਾਬ 'ਚ, ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਪਾਰਟਿਸਪੇਸ਼ਨ ਕੀਤੀ, ਕੋਈ ਵੀ ਸੰਘਰਸ਼ ਆ ਉਹ ਇਸ ਕਿਸਾਨੀ ਤੋਂ ਬਿਨਾਂ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਹੋਰ ਮਸਲੇ ਆ ਜਾਂ ਉਹਨਾਂ ਨੂੰ ਸੰਬੋਧਨ ਕੀਤੇ ਬਿਨਾਂ ਨਹੀਂ ਕੀਤਾ ਜਾਊਗਾ। ਪਰ ਉਹਦੇ 'ਚ ਜਿਹੜੀ ਪ੍ਰਾਇਰਿਟੀ ਆ, ਪੈਰਾਮਾਊਂਟ ਖਦਸ਼ੇ ਆ, ਉਹ ਕਿਸਾਨਾਂ ਦੇ ਇਸ ਵੇਲੇ ਜੋ ਸਰਕਾਰ ਕਰ ਰਹੀ ਆ ਉਹਨੂੰ ਰੱਖਿਆ ਜਾਊਗਾ। ਹਾਂਜੀ, ਹਾਂਜੀ ਹਾਂਜੀ, ਅਸੀਂ ਜਿਵੇਂ ਤੁਹਾਨੂੰ ਕਿਹਾ ਇੱਕ 14 ਮੈਂਬਰੀ ਕਮੇਟੀ ਬਣੂਗੀ, ਸੋ ਉੱਥੇ ਸਾਨੂੰ ਗਾਈਡੈਂਸ ਵੀ ਮਿਲੂਗੀ ਅਤੇ ਅਸੀਂ ਆਪਦੇ ਪੱਖ ਵੀ ਰੱਖਾਂਗੇ। ਸੋ ਜਿਹੜੀ ਗੱਲ ਸਾਂਝੇ ਤੌਰ 'ਤੇ ਅਸੀਂ ਉਲੀਕਾਂਗੇ, ਉਸੇ ਗੱਲ ਨੂੰ ਅੱਗੇ ਨੌਜਵਾਨੀ 'ਚ ਵੀ ਰੱਖਿਆ ਜਾਊਗਾ, ਸਾਡੇ ਪੰਜਾਬ ਦੇ ਹਰ ਵਰਗ 'ਚ ਰੱਖਿਆ ਜਾਊਗਾ। ਸੋ ਅਸੀਂ ਹਾਂਜੀ 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 ਦੇਖੋ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਜੀ, ਤੁਸੀਂ ਆਪਾਂ ਇਹ ਕੁਐਸਚਨ ਇੱਥੇ ਕਰੀਏ ਨਾ, ਕਿਉਂਕਿ ਜਿੱਥੇ ਯੂਥ ਹੁੰਦਾ, ਪਰ ਇਹਦਾ ਜਵਾਬ ਦੇਣਾ ਵੀ ਬਣਦਾ। ਨਹੀਂ ਨਹੀਂ ਨਹੀਂ, ਮੈਨੂੰ ਕੀ ਲੱਗਦਾ, ਸੋਰੀ ਵੀਰੇ, ਤੁਸੀਂ ਮੈਨੂੰ ਲੱਗਦਾ ਵੀ ਸਾਨੂੰ ਇਹ ਕੁਐਸਚਨ ਨਹੀਂ ਕਰਨਾ ਚਾਹੀਦਾ, ਤੁਸੀਂ ਮਾਈਂਡ ਮਤਲਬ ਮੈਂ ਗੱਲ ਕਰਦਾ ਜੀ, ਜਿਹੜੀ ਚੀਜ਼ ਦੀ ਤੁਸੀਂ ਗੱਲ ਕਰੋਗੇ ਮੁੜ ਕੇ ਉਹ ਵਿੱਚ ਖੜੀਆਂ ਹੋ ਜਾਣਗੀਆਂ ਚੀਜ਼ਾਂ, ਹਾਲੇ ਤਾਂ ਹੈ ਨਹੀਂ। ਜਿਹੜਾ ਮਤਲਬ ਜ਼ਖਮ ਆਪਾਂ ਛੇੜਾਂਗੇ ਉਹਨੂੰ ਲੋੜ ਹੀ ਨਹੀਂ ਛੇੜਨ ਦੀ ਜੀ, ਕੋਈ ਪੰਜਾਬ ਨੂੰ ਸਾਡੀ ਸਟੇਜ ਤੋਂ ਗੱਲ ਹੋਈ, ਇੱਕ ਚੀਜ਼ ਆ ਜੀ, ਦੇਖੋ ਜੀ, 10,000 ਬੰਦੇ ਦਾ ਇਕੱਠ ਆ ਜੀ, 10,000 ਬੰਦੇ ਦੇ ਵਿੱਚ ਜੇ 10 ਬੰਦੇ ਪਿੱਛੋਂ ਗਲਤ ਖੜੇ ਕੁਛ ਬੋਲ ਵੀ ਦੇਣ, ਸਾਨੂੰ ਗੋਲਣਾ ਨਹੀਂ ਚਾਹੀਦਾ ਉਹਨਾਂ ਨੂੰ, ਸਾਨੂੰ ਉਹਨਾਂ ਨੂੰ ਪ੍ਰਾਇਓਰਿਟੀ ਨਹੀਂ ਦੇਣੀ ਚਾਹੀਦੀ। ਜੇ ਅਸੀਂ ਉਹਨਾਂ ਦੇ ਕੁਐਸਚਨ ਕਰ ਲਾਂਗੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਸਾਡੀ ਹੁਣ ਗੱਲ ਹੋਣ ਲੱਗ ਗਈ ਆ। ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੁੰਦੀ ਹੈ, ਆਨੰਦਪੁਰ ਸਾਹਿਬ ਦੇ ਮਤੇ 'ਚ ਕੀ ਹੈ, ਕੀ ਕਿਸਾਨੀ ਦੀ ਗੱਲ ਨਹੀਂ, ਕੀ ਸਾਡੇ ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਨਹੀਂ ਹੈ, ਕੀ ਸਾਡੇ ਪਾਣੀਆਂ ਦੀ ਗੱਲ ਨਹੀਂ, ਸਾਡੀ ਬੋਲੀ ਦੀ ਗੱਲ ਨਹੀਂ।
ਸਾਡੀ ਧਰਤੀ ਦੀ ਗੱਲ ਨਹੀਂ ਨਹੀਂ ਜੀ ਨਹੀਂ ਨਹੀਂ ਦੇਖੋ ਦੇਖੋ ਚਲੋ ਦੇਖੋ ਗੱਲ ਕਿਸਾਨੀ ਦੀ ਹੋ ਰਹੀ ਆ ਪੰਦਰ ਪਤਾ ਨਹੀਂ ਤੁਸੀਂ ਆਪਣੀ ਪੀਆਰਪੀ ਲੈ ਕੇ ਕਿਹੜੇ ਮੁੱਦੇ ਚੱਕ ਦਿੰਦੇ ਹੋ ਯਾਰ ਕਿਸਾਨਾਂ ਵਿਰੋਧੀ ਨੇ ਉਹ ਜਾਣਬੁੱਝ ਕੇ 20 ਦਾ ਮੁੱਦਾ ਚੱਕ ਕੇ ਖਾਲਸਾ ਦਾ ਮੁੱਦਾ ਬਣਾ ਰਹੇ ਹੋ ਮੁੱਦਾ ਨਹੀਂ ਹੈਗਾ ਤੁਸੀਂ ਸਾਡਾ ਮੁੱਦਾ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਸੋ ਇਸ ਲਈ ਬਿਨਾਂ ਗੱਲ ਤੋਂ ਕਿਸੇ ਨੂੰ ਵੀ ਗੁੰਮਰਾਹ ਨਾ ਕੀਤਾ ਜਾਵੇ ਯਾਰ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੀ ਧਰਤੀ ਪੰਜਾਬ ਦੀ ਬੋਲੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਉਹ ਸਿੱਖ ਹੋ ਸਕਦਾ ਕਿਸਾਨ ਹੋ ਸਕਦਾ ਬਾਈ ਇੱਕ ਮਿੰਟ ਬਾਈ ਜੀ ਪਲੀਜ਼ ਪਲੀਜ਼ ਤੁਸੀਂ ਤੁਸੀਂ ਸਾਡੇ ਨਾਲ ਹੋ ਤੁਸੀਂ ਸਾਡੇ ਨਾਲ ਹੋ ਆਪਾਂ ਫਿਰ ਇਹ ਗੱਲ ਨਾ ਕਰੀਏ ਸਾਨੂੰ ਤੁਹਾਡੀ ਲੋੜ ਆ ਦੇਖੋ ਨੈਸ਼ਨਲ ਮੀਟ ਨੈਸ਼ਨਲ ਸੁਣ ਬਾਈ ਤੁਹਾਨੂੰ ਵੀਰੇ ਐਪਰੀਸ਼ ਤੁਹਾਨੂੰ ਮੈਂ ਜਵਾਬ ਦੇ ਰਿਹਾ ਤੁਹਾਨੂੰ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ ਕਿਉਂਕਿ ਤੁਸੀਂ ਵੀ ਸਾਡੀ ਆਵਾਜ਼ ਹੋ ਤੁਸੀਂ ਸਾਡਾ ਇਸ ਮੁਹਿੰਮ ਦਾ ਹਿੱਸਾ ਹੋ ਹਨਾ ਤੁਸੀਂ ਮਤਲਬ ਸਾਡਾ ਸਾਥ ਦਿਓ ਨੈਸ਼ਨਲ ਮੀਡੀਆ ਕਿਤੇ ਨਹੀਂ ਦੇਖ ਰਿਹਾ ਤੁਸੀਂ ਦੇਖ ਰਹੇ ਹੋ ਤੁਹਾਡਾ ਹੱਥ ਬੰਨ ਕੇ ਦੇਖੋ ਪਰ ਇਹਦਾ ਜਵਾਬ ਇਹਦਾ ਜਵਾਬ ਵੀ ਦਿੰਦੇ ਆ ਜੀ ਇਹਦਾ ਇਹਦਾ ਸੰਜੀਦਗੀ ਨਾਲ ਇਹਦਾ ਜਵਾਬ ਨਹੀਂ ਨਹੀਂ ਹਾਂਜੀ ਨਹੀਂ ਨਹੀਂ ਕੋਈ ਨਹੀਂ ਇੱਕ ਜਵਾਬ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹੈ ਕਿ ਇਹ ਬਾਡੀ ਵੱਲੋਂ ਉਹ ਚੀਜ਼ਾਂ ਨੂੰ ਸਪਾਂਸਰ ਕੀਤਾ ਗਿਆ ਸਪੋਰਟ ਕੀਤਾ ਗਿਆ ਡਿਫੈਂਡ ਕੀਤਾ ਗਿਆ ਅਗਰ ਕਿਤੇ ਕੋਈ ਇਹ ਸਲੋਗਨ ਲੱਗੇ ਨੇ ਦੇਖੋ ਭੀੜ ਦੇ ਵਿੱਚ ਕਈ ਤਰ੍ਹਾਂ ਦੇ ਕਿਸੇ ਦੇ ਮੁਰਦਾਬਾਦ ਨਾਰੇ ਲੱਗ ਜਾਂਦੇ ਨੇ ਕਿਸੇ ਦੇ ਜ਼ਿੰਦਾਬਾਦ ਦੇ ਨਾਰੇ ਲੱਗ ਸਕਦੇ ਨੇ ਸਾਡੇ ਉਹਨਾਂ ਵਿੱਚ ਵੀ ਆ ਕੇ ਕੋਈ ਹੋ ਸਕਦਾ ਪਿੱਛੇ ਪੰਜ ਬੰਦੇ ਬਾਦਲ ਸਾਹਿਬ ਜ਼ਿੰਦਾਬਾਦ ਦੇ ਨਾਰੇ ਮਤਲਬ ਕਿ ਤੁਸੀਂ ਇਹ ਕਹਿੰਦੇ ਵੀ ਤੁਸੀਂ ਉਹਨਾਂ ਦਾ ਸਮਰਥਨ ਨਹੀਂ ਕਰਦੇ ਉਹਨਾਂ ਨੂੰ ਇਗਨੋਰ ਕੀਤਾ ਬਸ 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 ਗੱਲ ਖਤਮ ਬਸ ਨਹੀਂ ਨਹੀਂ ਹਾਂਜੀ ਬਾਈ ਜੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਇਸ ਮੁਹਿੰਮ ਦੇ ਵਿੱਚ ਜ਼ਬਰਦਸਤੀ ਐਂਟਰ ਹੁੰਦੀਆਂ ਨੇ ਦੇਖੋ ਜੀ ਰਾਜਨੀਤਿਕ ਪਾਰਟੀਆਂ ਨੇ ਤਾਂ ਸਿਰਾਂ ਦੀ ਗਿਣਤੀ ਦੀ ਪੋਲੀਟਿਕਸ ਕਰਨੀ ਰਾਜਨੀਤਿਕ ਪਾਰਟੀਆਂ ਨੇ ਸਿਰਾਂ ਦੀ ਗਿਣਤੀ ਦੀ ਪੋਲੀਟਿਕਸ ਕਰਨੀ ਹੈ ਹੁਣ ਉਹਨਾਂ ਨੂੰ ਲੋਕ ਹਿੱਤਾਂ ਲਈ ਕੋਈ ਮਤਲਬ ਨਹੀਂ ਕਿਉਂਕਿ ਅਸੀਂ 17 ਸਾਲਾਂ ਤੋਂ ਦੇਖਦੇ ਆਉਂਦੇ ਹਾਂ ਕਿਸੇ ਨੇ ਲੋਕਾਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਕੀਤੀ ਹੁੰਦੀ ਤਾਂ ਇੱਥੋਂ ਤਾਂ ਹੀ ਪਹੁੰਚਦਾ ਹੀ ਨਹੀਂ ਸੀ ਸੋ ਹੁਣ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਕਿਸਾਨ ਵੀ ਬੜੇ ਜਾਗਰੂਕ ਆ ਇਸ ਗੱਲ ਨੂੰ ਸਮਝ ਲਗੇ ਆ ਵੀ ਰਾਜਨੀਤਿਕ ਪਾਰਟੀਆਂ ਆਪਦਾ ਝੰਡਾ ਛੱਡ ਕੇ ਇਸ ਸੰਘਰਸ਼ 'ਚ ਆ ਕੇ ਜੇ ਸਾਡੇ ਨਾਲ ਬੈਠਣ ਨੂੰ ਤਿਆਰ ਆ ਜੇ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠਾਂ ਬੈਠਣ ਨੂੰ ਤਿਆਰ ਆ ਇੱਕਜੁੱਟਤਾ ਕਰਨ ਨੂੰ ਤਿਆਰ ਆ ਤਾਂ ਦੇ ਆ ਮੋਸਟ ਵੈਲਕਮ ਅਸੀਂ ਤਾਂ ਲਾਮਬੰਦ ਹੀ ਕਰਨੇ ਆ ਨਾ ਲੋਕ ਹੀ ਜੋੜਨੇ ਆ ਨਾ ਨਾਲ ਇਸ ਸੰਘਰਸ਼ 'ਚ ਹਾਂਜੀ ਪਰ ਜਵਾਬ ਲੈ ਤੁਸੀਂ ਗੱਲ ਹਾਂਜੀ ਇੱਕ ਮਿੰਟ ਦੀ ਹਾਂਜੀ ਹਾਂਜੀ ਤੁਸੀਂ ਗੱਲ ਖਾਲਿਸਤਾਨ ਦੀ ਵਾਰ ਵਾਰ ਕਰਦੇ ਆ ਮੋਦੀ ਅੱਜ ਹਿੰਦੂ ਰਾਸ਼ਟਰ ਦੀ ਗੱਲ ਕਰ ਰਿਹਾ ਹੈ ਬੀਜੇਪੀ ਆਰਐਸਐਸ ਕਰ ਰਹੀ ਹੈ ਪੂਰੇ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ ਕਦੇ ਆਪਣੇ ਚੈਨਲਾਂ ਤੇ ਚਲਾਉਂਦੇ ਹੋ ਨਹੀਂ ਨਹੀਂ ਆ ਪਿਆ ਨਹੀਂ ਪਰ ਇੱਕ ਮਿੰਟ ਮੈਂ ਇੱਕ ਹੋਰ ਇਹਦੀ ਗੱਲ ਨਹੀਂ ਨਹੀਂ ਬਾਈ ਇੱਕ ਮਿੰਟ ਲੈਟ ਮੀ ਆਨਸਰ ਯੋਰ ਕੁਐਸਚਨ ਹਾਲਾਂ ਕੀ ਹੋ ਰਿਹਾ ਪੰਜਾਬ ਦੇ ਇੱਕ ਇਹਦੀ ਗੱਲ ਹੋ ਰਹੀ ਹੈ ਹਾਲਾਂ ਆਨਸਰ ਸੀ ਸਾਡੇ ਨਾਲ ਹਾਂ ਬਾਈ ਮੈਂ ਬੋਲਦਾ ਹਾਂਜੀ ਤੁਹਾਡਾ ਜਵਾਬ ਦਿੰਨੇ ਆ ਪਲੀਜ਼ ਇੱਕ ਮਿੰਟ ਹਾਂਜੀ ਕਿਸਾਨ ਜਥੇਬੰਦੀਆਂ ਨੇ ਸਾਨੂੰ ਇਹ ਦੱਸਿਆ ਜਿਵੇਂ ਹੁਣ ਦੱਸ ਰਹੇ ਨੇ ਕਿ ਅਸੀਂ ਮਤਲਬ ਜਿੰਨੇ ਅਡਾਨੀ ਅਬਾਨੀ ਆ ਜਿਹੜੇ ਵੱਡੇ ਘਰ ਉਹਨਾਂ ਦਾ ਬਾਈਕਾਟ ਕਰੋ ਆਹੀ ਗੱਲ ਅਸੀਂ ਪਹਿਲਾਂ ਹੀ ਬੋਲੇ ਆ ਉੱਥੇ ਮਤਲਬ ਸਾਡਾ ਜੋ ਡਾਇਰੈਕਸ਼ਨ ਆ ਸਾਡੀ ਸੇਮ ਹੀ ਆ ਵੱਖਰੀ ਗੱਲ ਆ ਕਿ ਅਸੀਂ ਮਿਲੇ ਨਹੀਂ ਸੀ ਹਾਂ ਖੂਨ ਗਰਮ ਆ ਚਲੋ ਯੰਗ ਬਲੱਡ ਆ ਸਾਡਾ ਅਤੇ ਉਹਨਾਂ ਦੇ ਤਜਰਬੇ ਦਾ ਬਹੁਤ ਫਰਕ ਆ ਕਿਸੇ ਨੇ ਜੇ ਕੋਈ ਮਾੜੀ ਮੋਟੀ ਉੱਚੀ ਨੀਵੀਂ ਗੱਲ ਕਰਤੀ ਮੈਂ ਸਾਰੇ ਪ੍ਰੈਸ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਸਾਡੇ ਨਾਲ ਖੜੋ ਉਹਨਾਂ ਗੱਲਾਂ ਨੂੰ ਦੇਖੋ ਅੱਗੇ ਵੀ ਤੁਸੀਂ ਬਹੁਤ ਕੁਛ ਇਗਨੋਰ ਕਰਨਾ ਪੈਂਦਾ ਇਗਨੋਰ ਕਰੋ ਉਸ ਚੀਜ਼ ਨੂੰ ਔਰ ਜਿਹੜੀ ਆਪਣੀ ਮੇਨ ਲੜਾਈ ਆ ਆਪਾਂ ਉਹੀ ਲੜੀਏ ਪਲੀਜ਼ ਉਸੇ 'ਤੇ ਹੀ ਫੋਕਸ ਕਰੋ ਔਰ ਉਹੀ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਓ ਤਾਂ ਬਾਹਲੀ ਵਧੀਆ ਗੱਲ ਹੈ ਜੀ ਪਰ ਇੱਕ ਗੱਲ ਆ ਜੀ ਇੱਕ ਗੱਲ ਹੈ ਸਾਰੇ ਕਰਦੇ ਆ ਸਾਰੇ ਹੀ ਕਰਦੇ ਆ ਬਾਈ ਇੱਕ ਗੱਲ ਇਹਦਾ ਜਵਾਬ ਦੇਣਾ ਜੀ ਇੱਕ ਮਿੰਟ ਜਵਾਬ ਦਿੰਦੇ ਹਾਂ ਇਹਦਾ ਇਹ ਕੋਈ ਨੀ ਆਪਾਂ ਇਹਨਾਂ ਦੇ ਹਰ ਸਵਾਲ ਦਾ ਜਵਾਬ ਕੋਈ ਨੀ ਤੁਸੀਂ 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 ਆਨਸਰ ਦਿਓ ਜੀ ਦਿਓ ਜੀ ਆਨਸਰ ਕਰਨੀ ਤਾਂ ਜ਼ਰੂਰੀ ਨਹੀਂ ਗੀ ਸਾਥ ਦੇਣ ਲਈ ਸਿਰਫ ਸਾਡੇ ਅੰਦਰ ਉਹਦਾ ਜਜ਼ਬਾਤ ਹੋਣਾ ਜ਼ਰੂਰੀ ਆ ਕਿ ਸਾਡੇ ਮਜ਼ਦੂਰੀ ਕਰਦਾ ਨਾ ਪੰਜਾਬ ਦੀ ਹੱਡੀ ਆ ਪੰਜਾਬ ਦੀ
ਖੇਤੀ ਕਰਦੇ ਆ ਕਿ ਨਹੀਂ ਕਰਦੇ ਅਸੀਂ ਕਿਸੇ ਵੀ ਪ੍ਰੋਫੈਸ਼ਨ ਦੇ ਹੋਈਏ ਅਸੀਂ ਕਿਸਾਨਾਂ ਦੇ ਨਾਲ ਆ ਇਹਨਾਂ ਮਜ਼ਦੂਰ ਵੀ ਨਾਲ ਆ ਸਾਰਾ ਨਾਲ ਆ ਸਾਰੇ ਨਾਲ ਆ ਇਹ ਤਾਂ ਦੀ ਗੱਲ ਕਰਦੇ ਆ ਜਿਹੜਾ ਪਾਣੀ ਨੂੰ ਬੁਲਾਇਆ ਜੀ ਫਿਰ ਤਾਂ ਜਵਾਬ ਦੇ ਜੇ ਤੁਸੀਂ ਇਦਾਂ ਕਰਨਾ ਨਹੀਂ ਜੀ ਜਵਾਬ ਦਿੰਨੇ ਆ ਜਵਾਬ ਦੇ ਰਹੇ ਜੀ ਜਵਾਬ ਦਿੰਨੇ ਜਵਾਬ ਦਿੰਨੇ ਆ ਜੀ ਹਾਂ ਜੀ ਨਹੀਂ ਤਾਂ ਨਹੀਂ ਹੈ ਸਾਨੂੰ ਨਹੀਂ ਨਹੀਂ ਸਰ ਨਹੀਂ ਸਰ ਸਰ ਆਇਲ ਗਿਵ ਯੂ ਐਨ ਆਨਸਰ ਇੱਕ ਮਿੰਟ ਜੀ ਇੱਕ ਮਿੰਟ ਜੀ ਮੈਂ ਕਰਦਾ ਜੀ ਮੈਂ ਕਰਦਾ ਨਹੀਂ ਜਵਾਬ ਦਿੰਨੇ ਆ ਬਾਈ ਜੀ ਬਾਈ ਜੀ ਜਵਾਬ ਜਵਾਬ ਦਿੰਨੇ ਆ ਜਵਾਬ ਦਿੰਨੇ ਆ ਇੱਕ ਮਿੰਟ ਭੈਣੇ ਬਾਈ ਜੀ ਗੱਲ ਇੱਕ ਮਿੰਟ ਪਹਿਲਾਂ ਇੱਧਰ ਜਵਾਬ ਦੇ ਇੱਧਰ ਜਵਾਬ ਦੇ ਗਏ क्योंकि कोई गल नहीं आप सवाल का भी जवाब देवे थोड़े का भी देवे इस गल भी संबोधन किया जाऊगा पहली गल तो हाँ जी खेती लाहेबंद मॉडर्न इकोनमी जो असी कंसिडर करिए ना तो इकोनमी का एक स्ट्रक्चर इकोनमी पहला एग्रीकल्चर इकोनमी तो इंडस्ट्री इकोनमी बनती है इंडस्ट्री तो सर्विस इकोनमी बनती है पर पंजाब नू सिर्फ एग्रेरियन मॉडल तक ही सीमित रखा गया जान के सेंटर्स ते स्टेट रिलेशनशिप पढ़ांगे आपां इह गल समझ आऊगी सानू पंजाब नू कदे भी इंडस्ट्री इकोनमी बनाया ही नहीं गया तो सर्विस इकोनमी तक जे असी जाने साढ़े तो जे पूंजीपति इतने आ जाएंगे सानू कदे कोई वड्डे एजुकेशनिस्ट या एजुकेशनल इंस्टीट्यूट्स नहीं दिते गए सानू कोई जदों वड्डे होटल साढ़े कोले है नहीं टूरिज्म साढ़े कोले है नहीं तो सर्विस इकोनमी भी है नहीं अज पंजाब कोले सिर्फ एग्रीकल्चर इकोनमी आ साड़ी 55% इकोनमी एग्रीकल्चर ते निर्भर आ ते साडे लई तां इही लाहेवंद आ ना जे इहदे ते सानू आ के सट मारनगे असीं किवें सहांगे खेती तो बिना किवें कल्पलांगे पंजाब नू साडे तां ढिड किसानी भरदी आ सो साडे लई लाहेवंद आ जी क्योंकि सानू अगे जाण ही नहीं दित्ता गया अगली गल खालिस्तान की गल करते हैं गल जदों खालिस्तान की होंगी है या किसी सैपरेट स्टेट की होंगी है क्यों होंगी है जदों लोगों च तनाव ते टकराव पैदा होंदा वह सरकार दीयां गलत नीतियां दे करके पैदा होंदा सरकार अज पार्लीमेंट च बैठ के कानून बनाई जांदी है किसान सड़कों पर रुली जाते कंगणा का छज्जा ढा देंगे उन्होंने तो नैशनल मीडिया ए चला जिमें पता नहीं किड्डा क वड्डा जल जुलम से जबर हो गया पर किसानां दीयां जे हड्डियां तोड़दे आ सड़कां ते उन्हों कोई दिखाउंदा नहीं सो फिर मैनू दसो नहीं बई जी तुसीं दिखाया नैशनल मीडिया की गल करो मैनू ठीक है आपां तां दिखाउणे ही आ पंजाब वाले हुण जे असीं कहिंदे आ ਸਾਡੇ ਨੈਰੇਟਿਵ ਨੂੰ ਸਾਡੇ ਬਿਰਤਾਂਤ ਨੂੰ ਕਿਸਾਨਾਂ ਨੇ ਅੱਜ ਕਿਹਾ ਸਾਡੇ ਢਿੱਡਾਂ 'ਤੇ ਗੱਲ ਆ ਗਈ ਸਾਡੀ ਜ਼ਮੀਨ 'ਤੇ ਗੱਲ ਆ ਗਈ ਤੁਸੀਂ ਸਾਡੇ ਗਲਾਂ ਤੱਕ ਲੈ ਆਏ ਹੋ ਕਬਰਾਂ 'ਚ ਧੱਕੀ ਜਾਂਦੇ ਹੋ ਸਰਕਾਰ ਲਈ ਕਿੰਨਾ ਈਜ਼ੀ ਆ ਸਾਨੂੰ ਰੈਡੀਕਲ ਕਹਿਣਾ ਕਿੰਨਾ ਈਜ਼ੀ ਆ ਸਾਨੂੰ ਦੇਸ਼ ਧਰੋਹੀ ਕਹਿਣਾ ਜੇ ਅਸੀਂ ਉਹਨਾਂ ਲਈ ਸਰਹੱਦ 'ਤੇ ਬੰਦੂਕ ਫੜ ਕੇ ਜਾਂਦੇ ਹਾਂ ਲੜਦੇ ਹਾਂ ਅਤੇ ਸਾਨੂੰ ਕਹਿੰਦੇ ਹਾਂ ਜੈ ਜਵਾਨ ਜੇ ਅਸੀਂ ਆਪਣੇ ਹੱਕ ਮੰਗਦੇ ਹਾਂ ਅੱਜ ਜੈ ਕਿਸਾਨ ਕਿਉਂ ਨਹੀਂ ਕਹਿ ਰਹੇ ਅਦਰਵਾਈਜ਼ ਸਾਨੂੰ ਅੱਜ ਅੱਤਵਾਦੀ ਕਹਿ ਦੇਣਗੇ ਸਾਨੂੰ ਖਾਲਿਸਤਾਨੀ ਕਹਿ ਦੇਣਗੇ ਸਾਨੂੰ ਸੈਪਰੇਸਟ ਕਹਿ ਦੇਣਗੇ ਸਾਨੂੰ ਪਾਕਿਸਤਾਨੀ ਕਹਿ ਦੇਣਗੇ ਸਾਨੂੰ ਦੇਸ਼ ਧਰੋਹੀ ਕਹਿ ਦੇਣਗੇ ਤੁਸੀਂ ਆਪਣੇ ਹੱਕ ਮੰਗਣ ਨਿਕਲੋ ਤਾਂ ਸਹੀ ਆਹ ਦੇਖੋ ਕੀ ਕਰਦੇ ਆ ਇਹ ਸਰਕਾਰਾਂ ਕਰਦੀਆਂ ਸਾਡੀਆਂ ਸਟੇਜਾਂ ਤੋਂ ਨਹੀਂ ਹੁੰਦਾ ਅਸੀਂ ਨਾ ਐਕਸਟ੍ਰੀਮ ਲੈਫਟ ਜਾਂਦੇ ਹਾਂ ਨਾ ਐਕਸਟ੍ਰੀਮ ਰਾਈਟ ਜਾਂਦੇ ਹਾਂ ਅਸੀਂ ਸੈਂਟਰ 'ਚ ਰਹਿੰਦੇ ਹਾਂ ਅਸੀਂ ਮਾਨਵਤਾ ਦੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਹਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਇਦੂ ਬਿਨਾਂ ਕੋਈ ਗੱਲ ਨਹੀਂ ਕੀਤੀ ਜਾਂਦੀ ਸੋ ਅਗਲਾ ਸਵਾਲ ਹਾਂਜੀ ਹੁਣ ਹਾਂਜੀ 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 ਬਾਈ ਤਾੜੀਆਂ ਨਾ ਮਾਰੋ ਆਪਾਂ ਤਾੜੀਆਂ ਮਾਰਨ ਵਾਸਤੇ ਨਹੀਂ ਇਕੱਠੇ ਹੋਏ ਸੰਵਾਦ ਕਰਨ ਵਾਸਤੇ ਇਕੱਠੇ ਹੋਏ ਹਾਂ ਹਾਂਜੀ ਸਰਕਾਰਾਂ ਨਹੀਂ ਸੁਣਦੀਆਂ ਪਰ ਜਦੋਂ ਅਸੀਂ ਕਿਸਾਨਾਂ ਦੇ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਸਾਨੂੰ ਸਾਡੇ ਲੀਡਰ ਵੀ ਭਰੋਸੇ 'ਚ ਨਹੀਂ ਲੈਂਦੇ ਕੀ ਹੁਣ ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਮੀਟਿੰਗ ਮੈਂ ਤੁਹਾਨੂੰ ਇੱਕ ਉਹ ਕਹਿੰਦੇ ਜਦੋਂ ਅਸੀਂ ਮਰਿਆ ਸਾਡੇ ਆਗੂਆਂ ਨੇ ਸਾਨੂੰ ਮਾਰਿਆ ਬਿਲਕੁਲ ਜੀ ਇਸ ਗੱਲ ਨੂੰ ਸਾਨੂੰ ਇਸ ਗੱਲ ਨੂੰ ਵਿਚਾਰਨਾ ਪਊਗਾ ਇਸ ਗੱਲ ਨੂੰ ਸਾਨੂੰ ਪੁਰਾਣੇ ਵਰਤਾਰਿਆਂ ਤੋਂ ਸਿੱਖਣਾ ਪਊਗਾ ਸਾਡੇ ਬਹੁਤ ਉਭਾਰ ਆਏ ਪਹਿਲਾਂ ਸਰਬੱਤ ਖਾਲਸਾ ਬਰਗਾੜੀ ਵਾਲਾ ਮੋਰਚਾ ਉਦੋਂ ਪਹਿਲਾਂ ਕਿਸਾਨਾਂ ਨੇ ਬੜੇ ਅੰਦੋਲਨ ਲੜੇ ਆ ਗੋਲੀਆਂ ਖਾਧੀਆਂ ਡੰਡੇ ਖਾਧੇ ਆ ਆਹ ਜਿਹੜੇ ਇੱਥੇ ਸਾਡੇ ਬਜ਼ੁਰਗ ਬੈਠੇ ਆ ਇਹਨਾਂ ਨੇ ਜਿਹੜੇ ਇਹਨਾਂ ਕੋਲ ਤਜਰਬੇ ਆ ਆਈ ਨਹੀਂ ਆਏ ਹੋਏ ਵੀ ਮੀਟਿੰਗਾਂ 'ਚੋਂ ਸਿੱਖੇ ਆ ਇਹਨਾਂ ਨੇ ਹਾਂਜੀ ਇੱਕ ਮਿੰਟ ਇਲਜ਼ਾਮ ਜ਼ਰੂਰ ਆ ਮੈਂ ਤੁਹਾਨੂੰ ਜਵਾਬ ਦਿੰਦਾ ਦੇਖੋ ਅਸੀਂ ਹਮੇਸ਼ਾ ਕੀ ਹੁੰਦਾ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਕੀ ਰਹੀ ਆ
ਅਸੀਂ ਕਹਿੰਦੇ ਆ ਵੀ ਆਹ ਕਾਨੂੰਨ ਆ ਗਿਆ, ਚਲੋ ਕੋਈ ਨੀ ਇਹਦੇ ਚ ਮਾੜੀਆਂ ਹੀ ਆ ਸੋਧਾਂ ਲੈ ਲਓ ਆ, ਠੀਕ ਆ। ਅਗਲਾ ਕਾਨੂੰਨ ਆ ਗਿਆ, ਚਲੋ ਕੋਈ ਨੀ ਥੋੜਾ ਜਿਹਾ ਕੰਪਰੋਮਾਈਜ਼ ਕਰ ਲੈਂਦੇ ਆ, ਮਾੜੀਆਂ ਹੀ ਆ ਸੋਧਾਂ ਲੈ ਲਓ। ਪਰ ਉਹ ਇੱਕ ਸਿਸਟਮ ਪਰਪੈਚੂਏਟ ਹੋ ਰਿਹਾ, ਜਦੋਂ ਤੱਕ ਯਹੂਦੀਆਂ ਕੋਲੇ ਯਹੂਦੀ ਦੇਖੋ ਜਰਨਲ ਵੀ ਰਹੇ, ਵੱਡੇ ਵੱਡੇ ਅਹੁਦਿਆਂ ਤੇ ਰਹੇ, ਸਾਇੰਟਿਸਟ ਰਹੇ, ਆਈਨਸਟਾਈਨ ਵੀ ਯਹੂਦੀਆਂ ਚੋਂ ਆਇਆ, ਯਹੂਦੀ ਜਦੋਂ ਤੱਕ ਉਹ ਇਹੀ ਕਰਦੇ ਰਹੇ ਵੀ ਯਾਰ ਆਹ ਕੋਈ ਨੀ, ਆਹ ਕਾਨੂੰਨ ਬਣ ਗਿਆ ਕੋਈ ਨੀ ਯਾਰ, ਸਾਡੇ ਨਾਲ ਵਿਤਕਰਾ ਨਹੀਂ ਹੋਊਗਾ, ਆਹ ਮਾੜੀ ਜੀ ਗੱਲ ਮੰਨ ਲੈਂਦੇ ਆ, ਆਹ ਮਾੜੀ ਜੀ ਗੱਲ ਮੰਨ ਲੈਂਦੇ ਆ। ਪਰ ਇੱਕ ਦਿਨ ਉਹਨਾਂ ਤੇ ਹੋਲੋਕੌਸਟ ਹੋਇਆ, ਯਹੂਦੀਆਂ ਨੂੰ ਕਤਲੇਆਮ ਹੋਇਆ ਉਹਨਾਂ ਦਾ, ਕਿਉਂਕਿ ਉਹ ਮਾੜੀਆਂ ਮਾੜੀਆਂ ਗੱਲਾਂ ਮੰਨਦੇ ਰਹੇ। ਸਾਨੂੰ ਸਮਝਣਾ ਪਊਗਾ, ਸਪਸ਼ਟਤਾ ਰੱਖਣੀ ਪਊਗੀ, ਖੰਡਨ ਕਰਨਾ ਪਊਗਾ ਜਿਹੜੀ ਗੱਲ ਸਾਨੂੰ ਨਹੀਂ ਅੱਜ ਠੀਕ ਲੱਗ ਰਹੀ, ਇਹ ਸਾਨੂੰ ਪੁਰਾਣੇ ਵਰਤਾਰਿਆਂ ਤੋਂ ਸਿੱਖਣਾ ਪਊਗਾ, ਦੁਨੀਆ ਦੇ ਵੱਡੇ ਵੱਡੇ ਮੂਵਮੈਂਟਸ ਨੂੰ ਸਟੱਡੀ ਕਰਕੇ ਸਮਝਣਾ ਪਊਗਾ, ਫਿਰ ਸਾਡੀ ਰਣਨੀਤੀ ਵਿਉਂਤਬੰਦੀ ਹੋਣੀ ਚਾਹੀਦੀ ਆ। ਕਿਉਂਕਿ ਜਿਹੜੀ ਧਿਰ ਨਾਲ ਲੜਾਈ ਆ ਉੱਥੇ ਸੁਪਰੀਮ ਕੋਰਟ, ਇਲੈਕਸ਼ਨ ਕਮਿਸ਼ਨ, CBI, ਇਹ ਗੱਲਾਂ ਦਾ ਮਤਲਬ ਨਹੀਂ ਹੈ ਜੋ ਕੁਛ, ਚਲੋ ਫਿਰ ਵੀ ਉਹ ਲੜਾਈ ਸਾਨੂੰ ਲੜਨੀ ਪੈਂਦੀ ਆ। ਪਰ ਸਾਨੂੰ ਲੜਾਈ ਜਾਨੀ ਵਿਉਂਤਬੰਦੀ ਕਰਨੀ ਅੱਜ ਬੜੇ ਢੰਗ ਨਾਲ ਅਤੇ ਆਪਸੀ ਸੰਵਾਦ ਰਚ ਕੇ ਸਿਰ ਜੋੜ ਕੇ, ਜਦੋਂ ਸਾਨੂੰ ਬੈਠਣਾ ਆ ਗਿਆ ਨਾ, ਸਾਨੂੰ ਵਿਵਾਦ ਤੋਂ ਜ਼ਿਆਦਾ ਸੰਵਾਦ ਕਰਨਾ ਆ ਗਿਆ, ਕੋਈ ਨਾ ਕੋਈ ਹੱਲ ਨਿਕਲੇ ਆਉਣਗੇ, ਹੱਲ ਨਿਕਲੇ ਆਉਂਦੇ ਹੁੰਦੇ। ਇੱਕ ਮੈਂ ਬੇਨਤੀ ਕਰਦਾ, ਇੱਕ ਮੇਰੀ ਗੱਲ ਸੁਣੋ, ਇੱਕ ਮਿੰਟ ਨਹੀਂ, ਮੈਂ ਬੈਠ ਜਾਣਾ, ਇੱਕ ਮਿੰਟ, ਮੇਰੀ ਆਵਾਜ਼ ਉੱਧਰ ਹੀ ਆ ਜਾਣੀ, ਤੁਸੀਂ ਮੇਰੀ ਗੱਲ ਤਾਂ ਸੁਣੋ, ਬੈਠ ਕੇ ਆਪਣੀ ਆਵਾਜ਼ ਆ, ਬਸ ਕੈਮਰੇ ਜੋ, ਅੱਛਾ ਬਹਿ ਜਾਣਾ, ਅੱਛਾ ਮੈਨੂੰ ਇੱਕ ਗੱਲ ਦੱਸੋ ਜੀ, ਅੱਜ ਆਪਾਂ ਇੱਥੇ, ਇੱਕ ਮਿੰਟ ਯਾਰ, ਅੱਜ ਆਪਾਂ ਇੱਥੇ ਇਕੱਠੇ ਕਿਹਦੇ ਵਾਸਤੇ ਹੋਏ ਹਾਂ ਜੀ, ਖੇਤੀ ਵਾਸਤੇ, ਖੇਤੀ ਦੇ ਜਿਹੜੇ ਸਾਡੇ ਬਿੱਲ ਲਾਗੂ ਕਰਤੇ ਉਹਨਾਂ ਵਾਸਤੇ ਨਾ ਜੀ, ਇਹ ਕਿਸਾਨ ਯੂਨੀਅਨਾਂ ਨੇ, ਇਹ ਸਰਕਾਰ ਨਹੀਂ ਹੈਗੀ ਵੀ ਆਪਾਂ ਇਹਨਾਂ ਨੂੰ ਇਹ ਕੁਐਸਚਨ ਪੁੱਟ ਕਰੀਏ ਵੀ ਆਉਣ ਵਾਲੇ ਸਮੇਂ 'ਚ ਕੀ ਹੋਊਗਾ, ਕਿਹੜੇ ਮੁੱਦੇ ਹੋਣਗੇ, ਜਦੋਂ ਅਸੀਂ ਆਪਣੇ ਪਹਿਲੇ ਮੁੱਦੇ ਤੋਂ ਹੀ ਭੱਟ ਗਏ, ਅਸੀਂ ਬਾਕੀ ਮੁੱਦਿਆਂ ਦਾ ਹੱਲ ਕਿਵੇਂ ਕਰਾਵਾਂਗੇ ਜੀ। ਜੇ ਅੱਜ ਕੋਈ ਗੱਲ ਉਰੇ ਹੋਣੀ ਚਾਹੀਦੀ ਆ ਤਾਂ ਅੱਜ ਹੋਣੀ ਚਾਹੀਦੀ ਆ ਖੇਤੀ ਦੀ ਅਤੇ ਕਿਸਾਨ ਯੂਨੀਅਨਾਂ ਦੀ, ਕਿਸਾਨ ਯੂਨੀਅਨਾਂ ਦੇ ਨਾਲ ਸਾਡੇ ਨਾਲ ਅਕਸਰ ਕਹਿ ਦਿੱਤਾ ਜਾਂਦਾ ਸਾਡੇ 'ਚ ਜੋਸ਼ ਹੈ, ਇਹਨਾਂ ਕੋਲ ਹੋਸ਼ ਹੈ, ਇਹਨਾਂ ਤੋਂ ਸਲਾਹਾਂ ਲੈ ਕੇ ਅੱਜ ਇੱਥੇ 14 ਮੈਂਬਰੀ ਕਮੇਟੀ ਬਣ ਗਈ। ਇੱਕ ਮੈਂ ਗੱਲ ਕਹਿਣੀ ਚਾਹੁੰਦਾ, 7 ਮੈਂਬਰ ਉਹਨਾਂ ਦੇ, 7 ਮੈਂਬਰ ਸਾਡੇ, 7 ਮੈਂਬਰ ਸਾਡੇ ਕਿਵੇਂ ਹੋ ਗਏ, ਸਾਡੀ ਇੰਡਸਟਰੀ 'ਚੋਂ ਅਸੀਂ ਉਹਦੇ 4-5 ਭਰਾ ਵੀ ਨਹੀਂ ਹੈਗੇ, 7 ਵੀ ਨਹੀਂ ਪੂਰੇ ਹੈਗੇ, ਤਾਂ 7 ਅਸੀਂ ਆਪਦੇ ਆਪ ਨੂੰ ਮੈਂਬਰ ਕਿਵੇਂ ਮੰਨ ਲਈਏ, ਕੀ ਇੰਡਸਟਰੀ ਨੂੰ ਜਾ ਕੇ ਕਹੀਏ ਵੀ ਅਸੀਂ ਉੱਥੇ ਕਮੇਟੀ 'ਚ ਗਏ ਸੀ ਅਤੇ ਅਸੀਂ ਮੈਂਬਰ ਬਣ ਕੇ ਆ ਗਏ, ਕੌਣ ਸਾਡਾ ਸਾਥ ਦਊਗਾ ਜੀ? ਹਰ ਇੱਕ 'ਚ ਬੰਦੇ 'ਚ ਈਰਖ ਹੈ, ਉਹ ਕਹੂਗਾ ਤੁਸੀਂ ਪ੍ਰਧਾਨ ਬਣ ਕੇ ਅਸੀਂ ਤੁਹਾਡੇ ਤੋਂ ਕੀ ਲੈਣਾ? ਜੇ ਅੱਜ ਗੱਲ ਕਰੀਏ ਤਾਂ ਅੱਜ ਅਸੀਂ ਕਮੇਟੀਆਂ ਦੀ ਨਹੀਂ, ਗਰਾਊਂਡ ਰਿਐਲਿਟੀ 'ਤੇ ਜਾਣਾ ਪੈਣਾ, ਭਾਈਚਾਰੇ ਨਾਲ ਗੱਲ ਕਰਨੀ ਪੈਣੀ ਹੈ, ਇੱਥੋਂ ਹੀ ਤਾਂ ਸਾਰਾ ਤਾਣਾ ਬਣਾ ਉਹਦਾ। ਅੱਜ ਅਸੀਂ ਇੱਥੇ ਕਮੇਟੀ ਬਣਾ ਲਈ, ਉਹਦੇ ਮੈਂਬਰ ਵੀ ਬਣ ਗਏ, ਜੇ ਕੱਲ੍ਹ ਨੂੰ 6 ਕਲਾਕਾਰਾਂ ਨੇ ਵਿਰੋਧ ਕਰਤਾ ਵੀ ਯਾਰ ਮੈਂ ਅੱਗੇ, ਹਰ ਇੱਕ ਦੀ ਸਲਾਹ ਲੈਣੀ ਤਾਂ ਜ਼ਰੂਰੀ ਹੈ ਨਾ ਜੀ। ਪਹਿਲੀ ਮੈਂ ਇਹ ਸਮਝਦਾ ਵੀ ਗੱਲ ਇੱਥੇ ਸਿਰਫ ਹੋਣੀ ਚਾਹੀਦੀ ਹੈ ਇਹਨਾਂ ਬਿੱਲਾਂ ਦੀ ਕਿ ਸਾਡੀ ਅੱਗੇ ਰਣਨੀਤੀ ਕੀ ਹੈ, ਅਸੀਂ ਇਹਨਾਂ ਦਾ ਬਾਈਕਾਟ ਕਿਵੇਂ ਕਰਨਾ, ਉਰੇ ਦੂਜੀ ਗੱਲ ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਹੈ ਜੀ ਉਹ ਸਰਕਾਰਾਂ ਦੇ ਕੰਮ ਨੇ, ਉਹ ਸਾਡੇ ਕੰਮ ਨਹੀਂ, ਅਸੀਂ ਅੱਜ ਕਿਸਾਨ ਯੂਨੀਅਨ ਨਾਲ ਆ ਕੇ ਖੜੇ ਹਾਂ, ਨਾ ਕਿ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਇੱਕ ਆਪਦਾ ਫਰੰਟ ਕੱਢਾਂਗੇ ਅਤੇ ਤੁਹਾਡੇ ਮਸਲੇ ਹੱਲ ਕਰਾਂਗੇ। ਕੱਲ੍ਹ ਨੂੰ ਤੁਸੀਂ ਕਹੋਗੇ ਜੀ ਤੁਸੀਂ ਤਾਂ ਉੱਥੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਸੀ ਵੀ ਅਸੀਂ ਆਹ ਵੀ ਮਸਲਾ ਹੱਲ ਕਰਾਵਾਂਗੇ, ਅਸੀਂ ਆਹ ਵੀ ਮਸਲਾ, ਇਹਦੀ ਵੀ ਲੜਾਈ ਲੜਾਂਗੇ, ਅਸੀਂ ਆਪਣਾ ਕਿੱਤਾ ਕਰਾਂਗੇ ਕਿ ਅਸੀਂ ਸਰਕਾਰ ਬਣਾਵਾਂਗੇ, ਇਹ ਗੱਲ ਨਹੀਂ ਹੈਗੀ। ਜੇ ਅੱਜ ਕੋਈ ਗੱਲ ਹੋਣੀ ਚਾਹੀਦੀ ਹੈ ਤਾਂ ਇਕੱਲੀ ਖੇਤੀ ਦੀ, ਅਤੇ ਜਿਹੜੇ ਇਹ ਬਿੱਲ ਨੇ ਇਹਨਾਂ 'ਚ ਸੋਧ ਹੋ ਸਕਦੀ ਹੈ ਜਾਂ ਇਹ ਰੱਦ ਹੋ ਸਕਦੇ ਨੇ ਉਹਨਾਂ ਦੀ ਗੱਲ ਕਰੀਏ, ਅੱਜ ਆਪਾਂ ਕੋਈ ਹੋਰ ਗੱਲ ਨਾ ਕਰੀਏ ਜੀ, ਨਾ ਕਿਸੇ ਖਾਲਸਾ ਦੀ ਤੇ ਨਾ ਕਿਸੇ ਦੂਜੇ ਮੁੱਦੇ। ਇੱਕ ਗੱਲ ਮੈਂ ਕਹਿਣਾ ਚਾਹੁੰਦਾ ਵੀ ਜਿੱਥੇ ਆਪਣੇ ਆਰਟਿਸਟਾਂ ਦੀ ਜਿਵੇਂ ਜਸ ਨੇ ਗੱਲ ਕੀਤੀ ਹੈ, ਕੁਦਰਤ ਵੱਲੋਂ ਇਹ ਸਾਡੇ ਜਿਹੜਾ ਪੰਜਾਬੀ ਜਿੰਨਾ ਵੀ ਇੰਡਸਟਰੀ ਆ ਸਾਰਿਆਂ 'ਚ ਇੱਕ ਆ ਬਹੁਤ ਆ, ਜਦੋਂ ਕਿਸੇ ਦਾ ਇੱਕ ਗਾਣਾ ਵੀ ਆਉਂਦਾ ਨਾ ਤਾਂ ਸਾਰੀ ਇੰਡਸਟਰੀ ਸ਼ੇਅਰ ਕਰਦੀ ਆ, ਔਰ ਉਹ ਰਾਤੇ ਰਾਤ ਲੱਖਾਂ ਬੰਦਿਆਂ ਤੱਕ ਸਾਰੀ ਦੁਨੀਆ 'ਚ ਪਹੁੰਚ ਜਾਂਦਾ, ਕੈਨੇਡਾ, ਅਮੈਰੀਕਾ, ਜਿੱਥੇ ਮਰਜ਼ੀ ਲਾ ਲਓ। ਪਰ ਜੇ ਹੁਣ ਜਦੋਂ ਚੰਗਾ ਇਹ ਸੋਸ਼ਲ ਮਤਲਬ ਜੋ ਸਾਡਾ ਸਾਡੇ ਘਰ ਦੇ ਵਿੱਚ ਮਤਲਬ ਡਾਕੂ ਵੜ ਗਏ, ਉਸ ਵੇਲੇ ਜੋ ਵੀ ਇਨਫੋਰਮੇਸ਼ਨ ਹੋਊਗੀ ਮੈਨੂੰ ਲੱਗਦਾ ਨਹੀਂ ਵੀ ਕੋਈ ਵੀ ਆਰਟਿਸਟ ਇਸ ਗੱਲ ਤੋਂ ਮਨਾ ਕਰੂਗਾ, ਪਰ ਫਿਰ ਵੀ ਸਾਡੀ ਉਹਨਾਂ ਨੂੰ ਇੱਕ ਵਾਰੀ ਜਾ ਕੇ ਗੱਲ ਕਰਨੀ ਬਣਦੀ ਹੈ ਕਿ ਭਰਾ ਆਹ ਕੰਮ ਆਪਾਂ ਕਰਨ ਲੱਗੇ ਹਾਂ, ਤੁਸੀਂ ਸਹਿਮਤ ਹੋ ਨਾਲ, ਪਰ ਮੈਨੂੰ ਇੰਨਾ ਯਕੀਨ ਆ ਕਿ ਕੋਈ ਵੀ ਬੰਦਾ ਇਸ ਗੱਲ ਤੋਂ ਮਨਾਹੀ ਨਹੀਂ ਕਰੂਗਾ। ਤੇ ਤੀਜੀ ਗੱਲ ਇਹ ਆ, ਅਸੀਂ ਇਹ ਤੋਂ ਜੋ ਤੀਜਾ ਫਰੰਟ ਕੱਢਣ ਨਹੀਂ ਦਵਾਂਗੇ, ਜੇ ਤੁਸੀਂ ਚਾਹੁੰਦੇ ਹੋ ਵੀ ਇੱਥੋਂ ਇੱਕ ਤੀਜਾ ਫਰੰਟ ਨਿਕਲੇ ਤੇ ਉਹ ਆ ਕੇ ਲੋਕਾਂ ਦੀ ਗੱਲ ਕਰੇ, ਨਹੀਂ, ਫਰੰਟ ਸਾਡੇ ਕੋਲ ਪਹਿਲਾਂ ਹੀ ਬਹੁਤ ਨੇ। ਜੇ ਅਸੀਂ ਫਰੰਟ ਹੀ ਬਣਾਉਣਾ ਤਾਂ ਫਿਰ ਅਸੀਂ ਉਹਨਾਂ ਸਰਕਾਰਾਂ ਦੇ ਪਿੱਛੇ ਹੀ ਲੱਗ ਸਕਦੇ ਹਾਂ, ਇਹਦੇ 'ਚੋਂ ਰਾਜਨੀਤੀ ਨਹੀਂ ਹੋਣ ਦਵਾਂਗੇ। ਹਾਂਜੀ ਦੱਸ ਦਿਆ, ਉਹ ਵੀ ਕਲਾਕਾਰ ਹੈ ਜੀ, ਜੇ ਦਲੇਰ ਮਹਿੰਦੀ ਹੋਰ ਜੀ ਹੋਰ ਆਪਣਾ ਘਰ ਬਣਾ ਗਏ ਜੀ, ਉਹਨਾਂ ਦਾ ਸਾਰੇ ਕਲਾਕਾਰ ਬਾਈਕਾਟ ਕਰ ਰਿਹਾ, ਔਰ ਅੱਗੇ ਵੀ ਕਰਾਂਗੇ, ਪੰਜਾਬ ਦੇ ਤਾਂ ਬਾਈਕਾਟ ਉਹਨਾਂ ਦਾ ਸਾਰੇ ਕਲਾਕਾਰ ਬਾਈਕਾਟ ਕਰ ਰਿਹਾ, ਅੱਗੇ ਵੀ ਕਰਾਂਗੇ, ਇਸ ਤੋਂ ਬਾਅਦ ਵੀ ਜਿਹੜਾ ਕਿਸਾਨਾਂ ਨਾਲ ਨਹੀਂ ਚੱਲੂਗਾ ਉਹਦਾ ਸਾਰੇ ਕਲਾਕਾਰ ਬਾਈਕਾਟ ਕਰ ਰਹੇ ਹੋ, ਬਣਾ ਲੈਣ ਸਾਨੂੰ ਉਹਦੇ ਕੋਈ ਫਰਕ ਨਹੀਂ। ਜੇ ਕੋਈ ਬੰਦਾ ਇਦਾਂ ਕਰਦਾ ਆ, ਜੇ ਕੋਈ ਬੰਦਾ ਨਹੀਂ ਸਾਥ ਦੇਣਾ ਚਾਹੁੰਦਾ, ਉਹ ਉਹਦੀ ਮਰਜ਼ੀ ਆ, ਅਸੀਂ ਉਹਨੂੰ ਕੀ ਕਹਿਣਾ, ਅਸੀਂ ਕਰ ਰਹੇ ਹਾਂ, ਕੋਈ ਵੀ ਬਣਾ ਸਕਦਾ ਜੋ ਮਰਜ਼ੀ ਕਰ। ਇਹਨਾਂ ਨੇ ਪਹਿਲਾਂ ਇਹਨਾਂ ਨੇ ਪਹਿਲਾਂ ਇਹਨਾਂ ਨੇ
ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਦਾ ਇਤਰਾਜ ਹੋਇਆ ਕਿ ਜਿਹੜੇ ਕਲਾਕਾਰ ਆਉਂਦੇ ਨੇ ਉਹ ਫੋਟੋਆਂ ਖਿਚਾਉਂਦੇ ਨੇ ਸੈਲਫੀਆਂ ਖਿਚਾਉਂਦੇ ਨੇ ਤੇ ਸਟੇਜ ਤੋਂ ਬਾਰ ਬਾਰ ਇਹ ਕਿਹਾ ਗਿਆ ਕਿ ਜਾਪਤੇ ਚ ਰਹੋ ਜਾਪਤੇ ਚ ਰਹੋ ਇੱਕ ਢੰਗ ਦੇ ਨਾਲ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਭਰਾਵੋ ਪੰਜਾਬ ਵਾਲਿਆਂ ਨੂੰ ਇਕੱਠੇ ਹੋ ਲੈਣ ਦੇ ਯਾਰ ਹੋ ਲੈਣ ਦੇ ਸਾਡੇ ਲੱਖਾਂ ਮਤ ਭੇਜ ਨੇ ਪੰਜਾਬ ਲਈ ਇੱਕ ਹੋਣਾ ਚਾਹੁੰਦੇ ਆ ਦੁਨੀਆਂ ਨੂੰ ਪੁੱਛਣਾ ਅੱਗੇ ਹੋਊਗਾ ਇਸ ਤਰ੍ਹਾਂ ਨਹੀਂ ਹੋਊਗਾ देखो इन्होंने कलाकारां दे तौर ते साडे नाल कमेटी बन गई नंबर एक नंबर दो जिहड़े कलाकार अपना सनी देओल जां अपने की सियासतदान कलाकार नेशनल मीडिया दा साथ दे या तुसीं दा साथ दे दो यार पंजाब दा हमेशा चल तुसीं दा साथ दे दो यार तुसीं आए ने चोबा मार दो तुसीं गल की करना चाहते हो देखो मैं तुहाडे सामने सही आ दबी आओ 25 सुन लो जिहड़ी गल उधरों आई है ओहदे विच मैं इह कहना चाहुंदा है कि असी किसान जथेबंदियां ने अगर कोई इस किस्म की गल हुई है कि किसी कलाकार नाल जो इधरों दे टकराई है असी यह कहा कि जदों हुण असी इकट्ठे होके चलांगे आपस गलबात करके चलांगे एक दूसरे की भाईचारे को चलांगे तो अगे तो वह चीज नहीं होगी मिटिगेट होगी जे कि हुई है तो असी इकती किसान जथेबंदियों ने इन्हू महसूस कर लिया सो इस करके ये जिहड़ी प्रॉब्लम है इज्जत नहीं हुई जां कुछ भी होया असीं उन्हां भरावां नूं मिलांगे जाके क्योंकि असीं इह मुद्दा उठाया सी उन्हां ने कहा कि अगे तो यह चीज कदे नहीं होगी सानूं थोड़ी लोड़ आ सो असीं रल के चलांगे।